ਅੱਜ ਮਲੇਰਕੋਟਲੇ ਐਸਡੀਐਮ ਆਫਿਸ ਵਿੱਚ ਪਾਸ ਬਣਾਉਣ ਦਾ ਕੰਮ ਜਾਰੀ ਰਿਹਾ, ਜਿੱਥੇ ਪ੍ਰਸ਼ਾਸਨ ਵੱਲੋਂ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਸੌਦਾ ਲੈਣ ਸਮੇਂ ਦੁਕਾਨਾਂ ਅਤੇ ਰੇਹੜੀਆਂ 'ਤੇ ਭੀੜ ਨਾ ਕੀਤੀ ਜਾਵੇ। ਉੱਥੇ ਹੀ ਦੁਕਾਨਦਾਰ ਅਤੇ ਰੇਹੜੀ ਵਾਲੇ ਪਾਸ ਬਣਾਉਣ ਆਏ ਲੋਕਾਂ ਵੱਲੋਂ ਭੀੜ ਕੀਤੀ ਗਈ, ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ। ਇਹਨਾਂ ਲੋਕਾਂ ਉੱਪਰ ਪ੍ਰਸ਼ਾਸਨ ਦਾ ਕੋਈ ਅਸਰ ਨਹੀਂ ਦਿਖਾਈ ਦਿੱਤਾ, ਜਿੱਥੇ ਪ੍ਰਸ਼ਾਸਨ ਦਾ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲੋਕਡਾਊਨ ਕੀਤਾ ਹੋਇਆ ਹੈ। ਉੱਥੇ ਸਾਡਾ ਫਰਜ਼ ਵੀ ਬਣਦਾ ਹੈ ਕਿ ਇੱਕ ਗਜ਼ ਦੀ ਦੂਰੀ ਬਣਾਈ ਰੱਖੀਏ ਤਾਂ ਕਿ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਹੁਣ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਦੁਕਾਨਦਾਰ ਅਤੇ ਰੇਹੜੀਆਂ ਵਾਲਿਆਂ ਉੱਪਰ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਜਾਵੇ ਅਤੇ ਸੌਦਾ ਵੇਚਣ ਸਮੇਂ ਆਪਣੇ ਗਾਹਕਾਂ ਦੀ ਦੂਰੀ 1 ਮੀਟਰ ਬਣਾਈ ਰੱਖਣ। ਅਜਿਹਾ ਨਾ ਕਰਨ 'ਤੇ ਇਹਨਾਂ ਦਾ ਪਾਸ ਕੈਂਸਲ ਕੀਤਾ ਜਾਵੇ। ਇਸ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਤਾਜ਼ੀਆਂ ਖਬਰਾਂ ਪਹੁੰਚਾਈਆਂ ਜਾ ਸਕਣ। ਦਲਦਾਰ ਗਲੋਬਲ ਨਿਊਜ਼, ਮਲੇਰਕੋਟਲਾ।